ਵਾਇਗੁਰੂ ਜੀ ਦਾ ਖਲਸਾ ਵਾਇਗੁਰੂ ਜੀ ਦੀ ਫਤਿਹ ਪਹਿਲਾ ਨਾ ਜੀ ਜਦੋਂ ਪਹਿਲੀ ਵੇਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ دیدار ਹੋਏ ਸਦਾ ਲਈ ਉਹਨਾਂ ਦੇ ਚਰਨਾਂ ਵਿੱਚ ਟਿਕਣ ਦਾ ਸਤਿਗੁਰਾਂ ਤੋਂ ਹੁਕਮ ਲਿਆ ਸੱਚੇ ਪਾਤਸ਼ਾਹ ਨੇ ਕੁਝ ਸਮੇਂ ਬਾਅਦ ਬਚਨ ਕੀਤਾ ਇੱਕ ਵੇੜਾ ਆਪਣੇ ਘਰ ਜਾਓ ਪਰਿਵਾਰ ਨੂੰ ਮਿਲਾਓ ਪਹਿਲਣਾ ਜੀ ਖਰੂਰ ਸਾਹਿਬ ਆਏ ਆਪਣਾ ਸਾਰਾ ਵਪਾਰ ਕਾਰੋਬਾਰ ਹੋਰਨਾਂ ਦੇ ਹਵਾਲੇ ਕੀਤਾ ਤੇ ਸਦਾ ਲਈ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਮੋੜ ਕਰਤਾਰਪੁਰ ਸਾਹਿਬ ਆ ਗਏ ਸਤਗੁਰਾਂ ਨੇ ਐਸੀ ਕਲਾ ਵਰਤਾਈ ਕਿਉਂਕਿ ਸਤਗੁਰੂ ਆਪ ਤਰ੍ਹਾਂ ਕਾਲ ਦਰਸੀ ਨੇ ਅੰਤਰਜਾਮੀ ਨੇ ਜਿਵੇਂ ਪਰਮੇਸ਼ਵਰ ਦਾ ਸੁਭਾਅ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਜਰ ਅਸ ਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਗੁਰਦਾਨਕ ਸਾਹਿਬ ਪਲੀ ਪੰਜ ਜਾਣਦੇ ਸਨ ਕਿ ਨਿਰੰਕਾਰ ਪਰਮੇਸ਼ਵਰ ਦੇ ਦਰ ਘਰ ਤੇ ਪ੍ਰਵਾਨ ਹੋਇਆ ਤੇ ਸੰਸਾਰ ਨੂੰ ਉਸ ਸੋਹਣੇ ਰੱਬ ਨਾਲ ਮਿਲਾਉਣ ਵਾਲਾ ਹੁਣ ਕਰਤਾਰਪੁਰ ਆਣ ਵਸਿਆ ਹੈ ਮਹਾਰਾਜ ਨੇ ਸਮੇ ਸਮੇਂ ਸਿਰ ਕਈ ਪ੍ਰਕਾਰ ਦੇ ਚੋਜ ਵਰਤਾਏ ਪ੍ਰੀਖਿਆ ਲਈ ਸੈ ਸਭਾਏ ਭੈਲਾਣਾ ਜੀ ਹਰ ਇੱਕ ਪ੍ਰੀਖਿਆ ਦੇ ਵਿੱਚ ਪਾਸ ਹੋਏ ਸਤਿਵਚਨ ਦੀ ਪੜ੍ਹਾਈ ਜੋ ਧਰਮ ਦੇ ਖੇਤਰ ਵਿੱਚ ਸਭ ਤੋਂ ਵੱਡੀ ਪੜ੍ਹਾਈ ਹੈ ਪਹਿਲਣਾ ਜੀ ਨੇ ਗੁਰੂ ਨਾਨਕ ਦੇ ਚਰਨਾਂ ਵਿੱਚੋਂ ਪ੍ਰਾਪਤ ਕਰ ਲਈ ਕਹਿੰਦੇ ਨੇ ਇੱਕ ਵੇਰਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਪਹਿਲਣਾ ਜੀ ਨੂੰ ਹੁਕਮ ਕੀਤਾ ਲੈਣੇ ਇਹ ਚਾਦਰਾਂ ਮੈਲੀਆਂ ਨੇ ਜਾਂ ਦਰਿਆ ਤੇ ਧੋ ਲਿਆ ਪੰਡ ਸਰ ਤੇ ਚੁੱਕੀ ਤੁਰਨ ਲੱਗੇ ਸਤਗੁਰਾਂ ਨੇ ਆਵਾਜ਼ ਮਾਰੀ ਭਾਈ ਜੀ ਕੱਲ ਵੀ ਜੇ ਆਖਿਆ ਸੀ ਇਹ ਚਾਦਰਾਂ ਮੈਲੀਆਂ ਨੇ ਧੋਤੀਆਂ ਨਹੀਂ ਸੰ ਹੱਥ ਜੋੜ ਬਚਨ ਕੀਤਾ ਸਤਗੁਰਾ ਤੇਰਾ ਹੁਕਮ ਹੋਵੇ ਸਿੱਖ ਨਾਮ ਮੰਨੇ ਚਾਦਰਾਂ ਤੇ ਕੱਲ ਹੀ ਧੋਵਾਂਦੀਆਂ ਸਨ ਸੁਖਾ ਕੇ ਕਠੀਆਂ ਕਰਕੇ ਪੰਡ ਬਨ ਕੇ ਰੱਖੀਆਂ ਸਨ ਮਹਾਰਾਜ ਮੁਸਕਰਾਏ ਲੈਣਿਆ ਜੇ ਕੱਲ ਧੋਵਾਂਦੀਆਂ ਸਨ ਫੇਰ ਟਰਪਿਆ ਆਖਦਾ ਨਹੀਂ ਥੋਤੀਆਂ ਨੇ ਹੱਥ ਜੋੜ ਕੇ ਆ ਜੀ ਚਾਦਰਾਂ ਤੇ ਭਾਵੇਂ ਥੋਤੀਆਂ ਨੇ ਪਰ ਤੁਸੀਂ ਜੋ ਕਹਿ ਦਿੱਤੀਆਂ ਨੇ ਮੈਲੀਆਂ ਨੇ ਤੇ ਮੈਂ ਕਿਵੇਂ ਕਹਿ ਦਿਆਂ ਥੋਤੀਆਂ ਨੇ ਮੇਰੇ ਗੁਰੂ ਦਾ ਬਚਨ ਮੇਰੇ ਲਈ ਸਤਿ ਐਸੀ ਭਾਵਨਾ ਐਸੀ ਸ਼ਰਦਾ ਦੀ ਮਿਸਾਲ ਇਤਿਹਾਸ ਦੇ ਵਿੱਚ ਕਿਤੇ ਹੋਰ ਸੱਚ ਜਾਣਨਾ ਨਜ਼ਰ ਨਹੀਂ ਆਉਂਦੀ ਸਤਗੁਰੂ ਰਾਵੀ ਤੇ ਇਸ਼ਨਾਨ ਕਰਨ ਗਏ ਕੁਝ ਸਿੱਖ ਵੀ ਨਾਲ ਨੇ ਪਹਿਲਣਾ ਜੀ ਵੀ ਨਾਲ ਨਾਲ ਤੁਰੇ ਸਤਗੁਰੂ ਇਸ਼ਨਾਨ ਕਰਦੇ ਆ ਰਾਵੀ ਨੂੰ ਭਾਗ ਲਾ ਰਹੇ ਨੇ ਅਚਾਨਕ ਗੜੇ ਪੈਣ ਲੱਗ ਪਏ ਸਿੱਖ ਆਲੇ ਦੁਆਲੇ ਸਿਰ ਤੇ ਛੱਤ ਲੱਪਣ ਲੱਗ ਪਏ ਕੋਈ ਦਰਖਤ ਇੱਥਾਂ ਜਾਖਲ ਹੋਤਾ ਕੋਈ ਕਿਤੇ ਜਾਖਲ ਹੋਤਾ ਪਰ ਪਹਿਲੇ ਨਾ ਜੀ ਰੜੇ ਮੈਦਾਨ ਸਿਰ ਤੇ ਗੜੇ ਪੈਂਦੇ ਰਹੇ ਆਪਣੀ ਥਾਂ ਤੋਂ ਨਾ ਹਿਲੇ ਮਹਾਰਾਜ ਸੱਚੇ ਪਾਤਸ਼ਾਹ ਰਵੀ ਜੋ ਇਸ਼ਨਾਨ ਕਰਕੇ ਬਾਹਰ ਆਏ ਲੈਣੇ ਆ ਸਾਰਿਆਂ ਨੇ ਆਪੋ ਆਪਣੀ ਥਾਂ ਮਲੀ ਦੁਖ ਲੋਤਾ ਤੇ ਮਹਾਰਾਜ ਦੇ ਚਰਨਾਂ ਸਦਕਾ ਭਾਈ ਲੈਣਾ ਜੀ ਨੇ ਬੜਾ ਕਮਾਲ ਦਾ ਬਚਨ ਕੀਤਾ ਜੀ ਮੇਰਾ ਹੁਣ ਕਿਸੇ ਹੋਰ ਨਾਲ ਪ੍ਰਯੋਜਨ ਨਹੀਂ ਸਿਰਫ ਤੁਹਾਡੇ ਨਾਲ ਹੈ ਇਹ ਘਰੇ ਮੇਰਾ ਕੀ ਵੀ ਗਾੜ ਸਕਦੇ ਨੇ ਤੁਹਾਡੀ ਨਜ਼ਰ ਤੋਂ ਮੇਰੇ ਵੱਲ ਹੈ ਮਹਾਰਾਜ ਬੜੇ ਪ੍ਰਸੰਨ ਹੋਏ ਗੱਲ ਕੇਵਲ ਮੀਂਹ ਦੀ ਜਾਂ ਗਣਿਆਂ ਦੀ ਨਹੀਂ ਇੱਥੇ ਤਾਂ ਖੇੜ ਹੀ ਮਾਲਕ ਪਰਮੇਸ਼ਵਰ ਦੇ ਦਰ ਘਰ ਦੀ ਬੜੀ ਵੱਡੀ ਹੈ ਇਤਿਹਾਸਕਾਰਾਂ ਦੇ ਅਨੁਸਾਰ ਇੱਕ ਵੇਰਾਂ ਸਤਿਗੁਰਾਂ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਬਾਬਾ ਜੀ ਰਾਤ ਕਿੰਨੀ ਕੁ ਰਹਿ ਗਈ ਹੈ ਕਿੰਨੀ ਕੁ ਗੁਜ਼ਰੀ ਹੈ ਤੇ ਬਾਬਾ ਬੁੱਢਾ ਜੀ ਨੇ ਹੱਥ ਜੋੜ ਬਚਨ ਕੀਤਾ ਜੀ ਢਾਈ ਪਹਿਰ ਰਾਤ ਗੁਜ਼ਰ ਗਈ ਹੈ ਤੇ ਰਾਤ ਦਾ ਡੇਢ ਪੈਰ ਅਜੇ ਬਾਕੀ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲਣਾ ਜੀ ਨੂੰ ਪੁੱਛਿਆ ਪਹਿਲਣਾ ਜੀ ਵੇਖੋਗਾ ਰਾਤ ਕਿੰਨੀ ਰਹਿ ਗਈ ਹੈ ਹੱਥ ਜੋੜ ਬੇਨਤੀ ਕੀਤੀ ਸੱਚੇ ਪਾਤਸ਼ਾ ਜਿੰਨੀ ਤੂੰ ਰੱਖੀ ਉਨੀ ਰਹਿ ਗਈ ਰਾਤ ਦਿਨ ਦਾ ਮਾਲਕ ਦਾ ਤੂੰ ਐ ਦਿਨ ਵੀ ਤੇਰਾ ਤੇ ਇਹ ਰਾਤ ਵੀ ਤੇਰੀ ਇਸ ਭਾਵਨਾ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਖੁਸ਼ੀ ਦੇ ਪਾਤਰ ਬਣੇ ਸੋ ਐਸੀਆਂ ਕਈ ਇਤਿਹਾਸਕ ਸਾਖੀਆਂ ਜਿਨ੍ਹਾਂ ਵਿੱਚੋਂ ਕੁਝ ਪਿਛਲੇ ਸਮਿਆਂ ਦੇ ਵਿੱਚ ਆਪ ਜੀ ਦੇ ਨਾਲ ਸਾਂਝ ਪਈ ਹੈ ਕਿਉਂਕਿ ਇਤਿਹਾਸ ਬਹੁਤ ਲੰਮੇਰਾ ਹੈ ਇਸ ਲਈ 2 ਕੁ ਮਾਤਰ ਕੁਝ ਕੁ ਗੱਲਾਂ ਇਤਿਹਾਸਕ ਪੱਖੋਂ ਸਾਂਝੀਆਂ ਕਰਨ ਦਾ ਯਤਨ ਕਰ ਰਹੇ ਹਾਂ ਜਿਵੇਂ ਮੁਰਦੇ ਖਾਣ ਵਾਲੀ ਸਾਖੀ ਹੈ ਜਿਵੇਂ ਚਿੱਕਰ ਦੇ ਵਿੱਚੋਂ ਕਟੋਰਾ ਕੱਢਣ ਵਾਲੀ ਸਾਖੀ ਹੈ ਜੇ ਇਸ ਤਰ੍ਹਾਂ ਇੱਕ ਇੱਕ ਵਿਚਾਰ ਨੂੰ ਸਾਂਝਿਆ ਕਰਨ ਦਾ ਯਤਨ ਕਰੀਏ ਤੇ ਇਹ ਇਤਿਹਾਸ ਬਹੁਤ ਲਮੇਰਾ ਹੋ ਜਾਏਗਾ ਅੱਗੇ ਸਮੇਂ ਅਨੁਸਾਰ ਟੂਕ-ਮਾਤਰ ਵਿੱਚ ਵਿੱਚ ਯਤਨ ਕਰਾਂਗੇ ਹੋਰ ਸਾਖੀਆਂ ਵੀ ਜੁੜ ਸਕਣ ਸਤਗੁਰਾਂ ਨੇ ਜਦੋਂ ਡਿੱਠਾ ਕਿ ਭਾਈ ਲੈਣਾ ਜੀ ਉਸ ਮਾਰਗ ਤੇ ਤੁਰਨ ਲਈ ਤਿਆਰ ਬਰ ਤਿਆਰ ਹਨ ਜੋ ਮਾਰਗ ਮੈਂ ਸੰਸਾਰ ਨੂੰ ਸੇਧ ਦੇਣ ਦੇ ਲਈ ਆਇਆ ਸੱਚੇ ਪਾਤਸ਼ਾਹ ਨੇ ਆਪਣੇ ਗੱਲ ਨਾ ਲਾਇਆ ਬਚਨ ਕੀਤਾ ਮਹਿਮਾ ਪ੍ਰਕਾਸ਼ ਦੇ ਅਨੁਸਾਰ ਅਬ ਤੂੰ ਮੇਰੇ ਅੰਗ ਤੇ ਭਇਆ ਤੂੰ ਲੈਣਾ ਮੈਂ ਦੇਨ ਦੇ ਤੂੰ ਲੈਣ ਵਾਲਾ ਹੈ ਬਚਨ ਕੀਤਾ ਸੀ ਪੁਰਖਾ ਤੂੰ ਜ ਮੰਨੇਗਾ ਸੋ ਮੁਝੇ ਮੰਨੇਗਾ ਤਉ ਕਰ ਸੇਵੇਗਾ ਸੋ ਮੈਕੋ ਸੇਵੇਗਾ ਤੂੰ ਮੈਂ ਮੈਂ ਤੂੰ ਤੁਮ ਹਮਕੋ ਭਿੰਨ ਜਾਣੇਗਾ ਸੋ ਗੁਰੂ ਤੇ ਵਿਚਰਿਆ ਰਹੇਗਾ ਇਹ ਬਚਨ ਕੀਤੇ ਸਨ ਉਸ ਸਮੇ ਮਹਿਮਾ ਪ੍ਰਕਾਸ਼ ਦੇ ਲਖਾਰੀ ਨੇ ਅੰਕਿਤ ਕੀਤੇ ਨੇ ਅੱਜ ਤੋਂ ਮੇਰੇ ਵਿੱਚ ਤੇ ਗੁਰੂ ਅੰਗਦ ਵਿੱਚ ਕੋਈ ਭੇਦ ਨਹੀਂ ਜੋ ਗੁਰੂ ਅੰਗਦ ਦੀ ਸੇਵ ਕਰੇਗਾ ਉਹ ਗੁਰੂ ਨਾਨਕ ਨੂੰ ਪੂਜੇਗਾ ਤੇ ਜੋ ਗੁਰੂ ਨਾਨਕ ਤੇ ਗੁਰੂ ਅੰਗਦ ਵਿੱਚ ਭੇਦ ਜਾਣੇਗਾ ਉਹ ਗੁਰੂ ਦੀ ਖੁਸ਼ੀ ਦਾ ਪਾਤਰ ਨਹੀਂ ਬਣ ਸਕਦਾ ਲੈਣੇ ਧਰਿਓਨ ਛਤਰ ਸਿਰ ਕਰਿ ਸਿਫਤੀ ਅੰਮ੍ਰਿਤ ਪੀਵਦੇ ਮਤਗੁਰ ਆਤਮ ਦੇਵ ਦੀ ਖੜਗ ਜੋਰ ਪ੍ਰਾ ਕੋ ਜੀਵੰਦ ਹੈ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਉਂਦੇ ਸੈ ਟਿੱਕਾ ਦੇ ਤੋਸ ਜੀਵੰਦ ਹੈ ਰਾਏ ਸੱਤਾ ਜੀ ਤੇ ਬਲਵੰਡ ਜੀ ਦੇ ਇਹ ਬਚਨ ਜੋ ਗੁਰੂ ਘਰ ਦੇ ਕੀਰਤਨੀਏ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਸਿਫਤ ਸਲਾਹ ਕੀਤੀ ਤੇ ਉਹਨਾਂ ਦੇ ਇਹ ਬਚਨ ਸਦਾ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਗਏ। ਪੁੱਤਰਾ ਨੇ ਹੁਕਮ ਨਾ ਪਾਲਿਆ। ਗੁਰੂ ਸਾਹਿਬ ਨੇ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਮਤ ਰੂਪੀ ਤਲਵਾਰ ਦੇ ਜ਼ੋਰ ਨਾਲ ਲੈਣਾ ਜੀ ਦੇ ਅੰਦਰੋਂ ਪਹਿਲਾ ਵਾਲਾ ਜੀਵਨ ਕੱਟ ਕੇ ਆਤਮਕ ਜ਼ਿੰਦਗੀ ਬਖਸ਼ ਕੇ ਪਾਈ ਲੈਣਾ ਜੀ ਦੇ ਸਿਰ ਉੱਤੇ ਜੋ ਸਿਫਤ ਸਲਾਹ ਕਰ ਨਾਮ ਅਮਰਤ ਬਖਸ਼ਿਸ਼ ਕੀਤਾ ਐਸੇ ਵਢਿਆਈ صدਕਾ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ 76 ਬਖਸ਼ਿਆ ਆਪਣੀ ਮਤ ਬੁੱਧਾ ਪ੍ਰਕਾਸ਼ ਪਾਈ ਲੈਣਾ ਜੀ ਵਿਚਾਰ ਕੇ ਗੁਰੂ ਅੰਗਦ ਥਾਪਿਆ ਭਾਈ ਗੁਰਦਾਸ ਜੀ ਨੇ ਇਸ ਘਟਾ ਨੂੰ ਇਸ ਪ੍ਰਕਾਰ ਅੰਕਿਤ ਕੀਤਾ ਕਿ ਜਿਵੇਂ ਗੁਰੂ ਨਾਨਕ ਸਾਹਿਬ ਨੇ ਦੀਵੇ ਨਾਲ ਦੀਵਾ ਬਾਲਿਆ ਜੋਤ ਵਿੱਚੋਂ ਜੋਤ ਪ੍ਰਕਾਸ਼ ਮਾਨਮ ਹੋਈ ਹੋਈ ਜੋਤ ਵਿੱਚੋਂ ਹੀ ਜੋਤ ਪ੍ਰਕਾਸ਼ਮਾਨ ਹੋਈ ਜਿਵੇਂ ਹੀਰੇ ਨਾਲ ਹੀਰਾ ਵਿਧਿਆ ਇਸੇ ਤਰ੍ਹਾਂ ਆਪਣਾ ਸਰੂਪ ਪਹਿਲਣਾ ਜੀ ਨੂੰ ਬਖਸ਼ ਕੇ ਗੁਰੂ ਅੰਗਦ ਥਾਪਿਆ ਜਿਵੇਂ ਭਾਈ ਗੁਰਦਾਸ ਜੀ ਦਾ ਬਚਨ ਹੈ ਬਾ ਬਾਣੇ ਕਰ ਚਾਨਣ ਲਹਿਣਾ ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤ ਜਗਾਈ ਬਾਬਾ ਸ੍ਰੀ ਚੰਦ ਜੀ ਨੇ ਕ੍ਰੋਧ ਕੀਤਾ ਪੁੱਤਰ ਹੋਣ ਦਾ ਮਾਣ ਸੀ ਨਾ ਕਈ ਪ੍ਰਕਾਰ ਦੇ ਅਪਸ਼ਬਦ ਵਰਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰ ਅੰਗਦ ਦੇਵ ਜੀ ਨੂੰ ਹੁਕਮ ਕੀਤਾ ਕਰਤਾਰਪੁਰ ਛੱਡ ਕੇ ਖਡੂਰ ਸਾਹਿਬ ਚਲੇ ਜਾ ਸਤਗੁਰਾਂ ਨੇ ਬਚਨ ਮੰਨਿਆ ਖਡੂਰ ਸਾਹਿਬ ਦੀ ਪਾਵਨ ਧਰਤੀ ਨੂੰ ਭਾਗ ਲਾਣ ਦੇ ਲਈ ਟਿਕਾਣਾ ਕਰਨ ਦੇ ਲਈ ਗੁਰੂ ਦੀ ਆਗਿਆ ਮੰਨ ਕੇ ਇਸ ਧਰਤੀ ਤੇ ਆਏ ਸਤਗੁਰਾਂ ਦੇ ਦਰਸਾਏ ਹੋਏ ਰਾਹ ਤੇ ਤੁਰਨ ਲਈ ਸੰਸਾਰ ਨੂੰ ਪਰੇਰਿਆ ਨਾਮ ਤੋਹੀਣਿਆਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਿਆ ਨਾਮ ਸ਼ਬਦ ਦਾ ਪ੍ਰਵਾਹ ਚਲਾ ਦਿੱਤਾ ਹਰ ਸਮੇਂ ਸੰਗਤਾਂ ਦਾ ਹਲ ਆਉਣ ਲੱਗਾ ਜੋ ਮਾਰਗ ਗੁਰੂ ਨਾਨਕ ਨੇ ਦਰਸਾਇਆ ਸੀ ਸਤਿਗੁਰਾਂ ਦੇ ਪ੍ਰੇਮ ਵਾਸ ਹੋਏ ਗੁਰੂ ਦੇ ਬਚਨ ਨੂੰ ਮੰਨ ਕੇ ਹੁਣ ਉਹੀ ਰੂਪ ਜਿਨ੍ਹਾਂ ਨੇ ਗੁਰੂ ਨਾਨਕ ਦੇ ਦ دیدار ਕੀਤੇ ਸਨ ਅੱਜ ਗੁਰੂ ਅੰਗਦ ਦੇਵ ਜੀ ਵਿੱਚੋਂ ਪ੍ਰਗਟ ਹੋਣ ਲੱਗਾ ਸਤਗੁਰਾਂ ਦਾ ਸਭ ਤੋਂ ਵੱਡਾ ਕਾਰਜ ਸੀ ਜੋ ਸਤਗੁਰਾਂ ਨੇ ਜ਼ਿੰਮੇਵਾਰੀ ਵਜੋਂ ਨਿਭਾਇਆ ਕਿ ਸਿੱਖੀ ਦੇ ਬੂਟੇ ਨੂੰ ਜਿਸ ਦਾ ਬੀਜ ਗੁਰੂ ਨਾਨਕ ਸਾਹਿਬ ਆਪ ਦੂਰ ਦੂਰ ਤੱਕ ਪਾਏ ਸਨ ਉਸ ਬੂਟੇ ਨੂੰ ਸੰਭਾਲਣਾ ਸੀ ਸਿੰਜਣਾ ਸੀ ਗੁਰੂ ਦੀ ਸੰਤਾਨ ਸੰਨਿਆਸੀਆਂ ਪੁਜਤਾ ਇਲਾਕੇ ਦੇ ਹੁਕਮਰਾਨਾਂ ਅਤੇ ਸਮੇਂ ਦੇ ਬਾਦਸ਼ਾਹ ਤੋਂ ਬਚਾਉਣਾ ਸੀ ਜਿਸ ਸਿਆਣਪ ਦੇ ਨਾਲ ਗੁਰੰਗਾ ਦੇਵ ਜੀ ਨੇ ਇਸ ਬੂਟੇ ਨੂੰ ਪਾਲਿਆ ਆਪਣੇ ਆਪ ਦੇ ਵਿੱਚ ਇੱਕ ਬਾਸ ਕਮਾਲ ਇਹ ਉਦਾਹਰਣ ਹੈ ਲੰਗਰ ਚੱਲਿਆ ਗੁਰ ਸ਼ਬਦ ਹਰ ਤੋਠ ਨਾ ਵੀ ਖੱਟੀ ਐ ਖਰਚੇ ਦਿੱਤ ਖਸਮ ਦੀ ਆਪ ਕਹਿੰਦੀ ਖੈਰ ਦੁਬੱਟੀ ਐ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋਂ কুরਸ਼ੋਂ ਝੱਟੀ ਐ ਤੁਧ ਡਿਠਾ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਈਏ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਲਾਏ ਹੋਏ ਇਸ ਲੰਗਰ ਦੇ ਬੂਟੇ ਨੂੰ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਬਾ ਕਮਾਲ ਢੰਗ ਦੇ ਨਾਲ ਇਸੇ ਤਰ੍ਹਾਂ ਦਿਨ ਰਾਤ ਸੇਵਾ ਕਰਕੇ ਇਸ ਮਰਿਆਦਾ ਨੂੰ ਅਗਾਹ ਤੋੜਿਆ ਸਤਿਗੁਰਾਂ ਦੇ ਮਹਿਲ ਮਾਤਾ ਖੀਵੀ ਜੀ ਆਪ ਹਥੀਂ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਸਨ ਸੰਗਤਾਂ ਨਾਲ ਜੁੜਦੀਆਂ ਸਨ ਤੇ ਮਾਤਾ ਖੀਵੀ ਜੀ ਆਪ ਲੰਗਰ ਦੇ ਵਿੱਚ ਆਈਆਂ ਹੋਈਆਂ ਸੰਗਤਾਂ ਨੂੰ ਜਲ ਪਾਣੀ ਪ੍ਰਸ਼ਾਦਾ ਅਦਕ ਛਕਾਉਂਦੇ ਸਨ ਸਿੱਖ ਇਤਿਹਾਸ ਦੇ ਵਿੱਚ ਇਕਲੋਤੇ ਮਾਤਾ ਖੀਵੀ ਜੀ ਐਸੇ ਸਤਕਾਰਤ ਹਸਤੀ ਨੇ ਜਿਨ੍ਹਾਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੋਇਆ ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ ਜਿਨ੍ਹਾਂ ਨੇ ਗੁਰ ਅੰਗਦ ਦੇਵ ਜੀ ਦੇ ਮਹਿਲ ਹੋਣ ਦਾ ਮਾਣ ਨਹੀਂ ਕੀਤਾ ਸਗੋਂ ਆਪ ਖਡੂਰ ਸਾਹਿਬ ਆਏ ਹੋਏ ਅਭਿਆਗਤ ਜਨ ਸੰਗਤਾਂ ਲੋੜਵੰਦ ਨੇ ਆਸਰਿਆਂ ਦੀ ਸੇਵਾ ਕੀਤੀ ਲੰਗਰ ਦੀ ਸੇਵਾ ਕਰਕੇ ਗੁਰੂ ਅੰਗਦ ਦੇਵ ਜੀ ਦੀ ਖੁਸ਼ੀ ਪ੍ਰਾਪਤ ਕੀਤੀ ਸਤਿਗੁਰੂ ਦੂਜੇ ਪਾਤਸ਼ਾਹ ਇੰਨੀ ਉੱਚੀ ਪਦਵੀ ਪਾ ਕੇ ਵੀ ਨਿਮਰਤਾ ਵਿੱਚ ਰਹੇ ਆਮ ਤੌਰ ਤੇ ਇਹ ਗੱਲ ਚੱਲ ਪਈ ਕਿ ਬਾਬਾ ਲੈਣਾ ਨੇ ਘਾਲ ਕਮਾਈ ਕਰਕੇ ਤੇ ਹੁਕਮ ਮੰਨ ਕੇ ਗੁਰਤਾ ਗੱਦੀ ਪ੍ਰਾਪਤ ਕੀਤੀ ਸਾਰੇ ਜਾਣਦੇ ਸਨ ਜਿਨ੍ਹਾਂ ਅੱਖੀ ਡਿੱਠਾ ਸੀ ਉਹਨਾਂ ਸਾਰੇ ਇਲਾਕੇ ਵਿੱਚ ਸਤਿਗੁਰਾਂ ਦੀ ਸਿਫਤ ਸਲਾਹ ਕਰਕੇ ਦੂਜੇ ਤੀਜੇ ਨੂੰ ਹੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਨਾਲ ਜੋੜਿਆ ਹਰ ਵੇਲੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਸ ਸਤਸੰਗ ਦਾ ਪਰਚਾ ਲੰਗਰ ਦਾ ਖਰਚਾ ਤੇ ਹਰੀ ਦੀ ਚਰਚਾ ਰਹਿੰਦੀ ਸੀ ਸੱਚੇ ਪਾਤਸ਼ਾਹ ਜੀ ਆਪ ਤੇ ਉਹਨਾਂ ਦੇ ਮਹਿਲ ਮਾਤਾ ਖੀਵੀ ਜੀ ਦਿਨ ਰਾਤ ਸੰਗਤਾਂ ਦੀ ਸੇਵਾ ਵਿੱਚ ਜੁਟਦੇ ਸਤਿਗੁਰੂ ਜੀ ਸੱਚ ਦਾ ਉਪਦੇਸ਼ ਬਖਸ਼ਿਸ਼ ਕਰਦੇ ਪਰ ਉਹ ਸੰਗਤਾਂ ਵੱਲੋਂ ਜੋ ਪ੍ਰੇਮ ਭੇਟਾ ਪ੍ਰਾਪਤ ਹੁੰਦੀ ਸੀ ਉਹ ਨਿਜ ਲਈ ਨਿਜ ਲਈ ਨਹੀਂ ਸੰਵਰਤਦੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਹੁਕਮ ਕੀਤਾ ਸੀ ਕਿ ਆਪਣਾ ਗੁਜ਼ਾਰਾ ਦੁਕਾਨਦਾਰੀ ਜਾਂ ਕਾਸ਼ਤਕਾਰੀ ਤੋਂ ਖੇਤੀ ਤੋਂ ਹਾਸਲ ਕਰੋ ਇਹ ਪੂਜਾ ਦਾ ਮਾਲ ਇਹ ਤੁਹਾਡੇ ਲਈ ਜ਼ਹਿਰ ਹੈ ਸੋ ਉਹਨਾਂ ਦੇ ਹੁਕਮ ਮੰਨ ਕੇ ਬੱਚੇ ਕਿਰਤ ਕਰਦੇ ਸਨ ਸਤਿਗੁਰੂ ਉਸ ਕਿਰਤ ਦਾ ਪ੍ਰਸ਼ਾਦਾ ਆਪਣੀ ਰਸਨਾ ਨੂੰ ਲਾਉਂਦੇ ਸਨ ਜਿੱਥੇ ਨਾਮਦਾਤ ਗੁਰੂ ਜੀ ਵੜ ਰਹੇ ਸਨ ਉੱਥੇ ਹੀ ਗੁਰੂ ਜੀ ਨੇ ਲੰਗਰ ਦੀ ਮਰਿਆਦਾ ਬਕਮਾਰ ਢੰਗ ਦੇ ਨਾਲ ਇਸ ਪ੍ਰਥਾ ਨੂੰ ਜਾਰੀ ਰੱਖਿਆ ਸੱਚੇ ਪਾਤਸ਼ਾਹ ਦੇ ਸਮੇਂ ਖਡੂਰ ਸਾਹਿਬ ਦੀ ਧਰਤੀ ਤੇ ਲੰਗਰ ਦਾ ਲੈਵਲ ਸਟੈਂਡਰਡ ਕਿੰਨਾ ਉੱਚਾ ਹੋਵੇਗਾ ਇਹ ਗੁਰਬਾਣੀ ਦੇ ਵਿੱਚੋਂ ਸਮਝ ਆਉਂਦਾ ਹੈ ਲੰਗਰ ਦਾਵਲਤ ਵੰਡੀਐ ਰਸ ਅੰਮ੍ਰਿਤ ਖੀਰ ਕੇ ਹਾਲੀ ਕਿ ਉਹ ਵਾਲੀ ਖੀਰ ਸਵਾਦਲਾ ਭੋਜਨ ਲੰਗਰ ਵਿੱਚ ਵਰਤਾਇਆ ਜਾਂਦਾ ਸੀ ਇਹ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਗੁਰੂ ਕੇ ਸਿੱਖ ਦੂਰੋਂ ਨੇੜਿਓਂ ਇਹ ਖੇਡ ਦੇਖਣ ਆਉਂਦੇ ਸਨ ਲੰਗਰ ਛੱਕ ਕੇ ਸ਼ੁਕਰ ਸ਼ੁਕਰ ਕਰਦੇ ਸਨ ਇਹ ਹੈ ਗੁਰੂ ਦਾ ਉਹ ਇਤਿਹਾਸ ਉਹ ਮਾਨੁਮਤਾ ਉੱਚਾ ਤੇ ਸੁੱਚਾ ਜੀਵਨ ਜਿਸ ਨੂੰ ਵੇਖ ਕੇ ਆਪਣੇ ਗੁਰੂ ਤੇ ਮਾਨ ਹੁੰਦਾ ਸੋ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਤਿਹਾਸਕ ਵਿਚਾਰਾਂ ਨੂੰ ਜਾਰੀ ਰੱਖਣ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ